ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਕੋਈ 10 ਦਿਨ ਪਹਿਲਾਂ 19 ਮਈ ਨੂੰ ਜਸਪਾਲ ਸਿੰਘ ਨਾਮ ਦੇ ਇੱਕ ਨੌਜਵਾਨ ਦੀ ਸਾਡੇ CI ਸਟਾਫ ਦੇ ਵਿੱਚ ਬੜਾ ਅਨਫੋਰਚੁਨੇਟ ਤਰੀਕੇ ਨਾਲ ਕਸਟੋਡੀਅਲ ਡੈਥ ਹੋ ਗਈ ਹੈ। ਉਸਨੇ ਫਾਹ ਲੈ ਲਿਆ ਸੀਗਾ। ਉਸ ਸੰਬੰਧ ਦੇ ਵਿੱਚ FIR ਦਰਜ ਕਰਕੇ ਲੋਕਲ ਪੁਲਿਸ ਨੇ ਇੱਕ ਸਟੇਟ ਬਣਾ ਕੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਸੀ। SSP ਫਰੀਦਕੋਟ ਨੇ ਲੋਕਲ SP ਸਾਹਿਬਾਨ ਅਤੇ 2 DSP ਸਾਹਿਬ ਦੇ ਨਾਲ ਸਟੇਟ ਬਣਾ ਕੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸ਼ੁਰੂ ਕੀਤੀ ਸੀ। ਉਸ ਇਨਵੈਸਟੀਗੇਸ਼ਨ ਦੇ ਲੋਕਾਂ ਨੂੰ ਕੋਈ ਕੌਨਫੀਡੈਂਸ ਨਹੀਂ ਸੀ। ਪਰਿਵਾਰ ਦੇ ਮੈਂਬਰ ਜਾਂ ਕੁਛ ਫਰੀਦਕੋਟ ਸ਼ਹਿਰ ਦੇ ਸ਼ਹਿਰੀ ਰਿਐਕਸ਼ਨ ਕਮੇਟੀ ਬਣਾ ਕੇ ਧਰਨੇ 'ਤੇ ਬੈਠੇ ਹੋਏ ਸੀਗੇ। ਇਸ ਚੀਜ਼ ਨੂੰ ਸੀਰੀਅਸਨੈਸ ਲੈਂਦੇ ਹੋਏ ਸਾਡੇ ਮਾਨਯੋਗ DGP ਸਾਹਿਬ ਨੇ ਇੱਕ ਸੈੱਟ ਕੰਸਟੀਚਿਊਟ ਕੀਤੀ ਹੈ। ਉਹਦੇ 'ਤੇ ਮੈਂ IG ਫਿਰੋਜ਼ਪੁਰ, ਮੇਰੀ ਰੇਂਜ ਥੱਲੇ ਜ਼ਿਲ੍ਹਾ ਆਉਂਦਾ, ਮੇਰੇ ਨਾਲ 2 SSP ਸਾਹਿਬਾਨ ਲੋਕਲ, SSP ਫਰੀਦਕੋਟ ਅਤੇ SSP ਮੁਕਤਸਰ, ਨਾਲ ਸਾਡੇ SP ਹੈੱਡਕੁਆਰਟਰ ਨੇ ਭੁਪਿੰਦਰ ਸਿੰਘ, ਇਹ 4 ਮੈਂਬਰ ਸੀ। ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕੰਸਟੀਟਿਊਟ ਕੀਤੀ ਹੈ। ਇਸ ਟੀਮ ਦਾ ਪਰਪਸ ਹੈ ਕਿ ਬੜੀ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਕੀਤੀ ਜਾਵੇ। ਅਸੀਂ ਫੈਮਿਲੀ ਮੈਂਬਰਸ ਨੂੰ ਨਾਲ ਐਸੋਸੀਏਟ ਕਰਾਂਗੇ, ਜਿਹੜੀ ਐਕਸ਼ਨ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਜੇਕਰ ਆਪਣਾ ਲੋਇਰਸ ਨਾਲ ਦੇਣਾ ਚਾਹੁਣ। ਅਸੀਂ ਬੜੀ ਪਾਰਦਰਸ਼ੀ ਤਰੀਕੇ ਦੇ ਨਾਲ ਇਸ ਕੇਸ ਦੇ ਸਾਰੇ ਪਹਿਲੂਆਂ ਦੇ ਉੱਪਰ ਜਾ ਕੇ ਮੌਕੇ 'ਤੇ ਸੀਨ ਆਫ ਕ੍ਰਾਈਮ ਵਿਜ਼ਿਟ ਕਰਕੇ ਜੋ ਵੀ ਇਸ ਕੇਸ ਦੇ ਸੰਬੰਧਿਤ ਉਸ ਐਵਰ ਵੀ ਇਨਵੋਲਵਡ ਹੈ ਉਸ ਨੂੰ ਅਰੈਸਟ ਕਰਾਂਗੇ ਔਰ ਚਾਰਜਸ਼ੀਟ ਸਬਮਿਟ ਕਰਾਂਗੇ। ਸੈਕੰਡਲੀ, ਜਿਹੜੀ ਡੈਡ ਬੋਡੀ ਹੁਣ ਤੱਕ ਨਹੀਂ ਮਿਲੀ, ਉਸੇ ਸੰਬੰਧ ਦੇ ਵਿੱਚ ਅਸੀਂ NDRF ਦੇ ਡਾਈਵਰਸ ਮੰਗਵਾਏ ਨੇ। ਉਸ ਨਾਲ ਕੁਛ ਪ੍ਰਾਈਵੇਟ ਡਾਈਵਰਸ ਨੂੰ ਅਸੀਂ ਸਪੈਸ਼ਲ ਪੇਮੈਂਟ ਕਰਕੇ ਜਿਸ ਜਗ੍ਹਾ 'ਤੇ ਲੋਕੇਟ ਹੋਈ ਹੈ, ਜਗ੍ਹਾ 'ਤੇ ਡੈੱਡ ਬੋਡੀ ਸੁੱਟੀ ਗਈ ਹੈ, ਉੱਥੋਂ 400-500 ਮੀਟਰ ਦੇ ਘੇਰੇ ਦੇ ਅੰਦਰ। ਸਾਡੀ ਕੋਸ਼ਿਸ਼ ਹੈ ਕਿ ਈਵਨ ਜਸਪਾਲ ਸਿੰਘ ਦੇ ਫੈਮਿਲੀ ਮੈਂਬਰਸ ਵੀ ਨਾਲ ਸਾਡੇ ਆ ਜਾਣ। ਅਸੀਂ ਐਫਰਟਸ ਕਰਕੇ ਉਹ ਜਿਹੜੀ ਡੈੱਡ ਬੋਡੀ ਹੈ ਉਸ ਨੂੰ ਲੋਕੇਟ ਕਰਨਾ ਚਾਹੁੰਦੇ ਹਾਂ। ਡੈੱਡ ਬੋਡੀ ਲੋਕੇਟ ਹੋ ਜਾਂਦੀ ਹੈ ਉਸ ਦਾ ਪੋਸਟਮਾਰਟਮ ਹੋਏਗਾ, ਕਾਜ਼ ਆਫ ਡੈਥ ਜਿਹੜਾ ਸਾਨੂੰ ਮਿਲੇਗਾ ਹੋਰ, ਉਸ ਨਾਲ ਮੇਰੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਹੈਲਪ ਹੋਏਗੀ ਔਰ ਪਰਿਵਾਰ ਨੂੰ ਉਸਦੀ ਜਿਹੜੀ ਅੰਤਿਮ ਕਿਰਿਆ ਸਾਰੀਆਂ ਰਸਮਾਂ ਉਹ ਕੰਪਲੀਟ ਕਰਨ ਦੇ ਵਿੱਚ ਹੈਲਪ ਹੋਏਗੀ। ਮੈਂ ਮੀਡੀਆ ਦੇ ਮਾਧਿਅਮ ਦੇ ਰਾਹੀਂ ਪਰਿਵਾਰ ਨੂੰ ਔਰ ਐਕਸ਼ਨ ਕਮੇਟੀ ਇਹਨਾਂ ਨੂੰ ਰਿਕੁਐਸਟ ਕਰਦਾ ਕਿ ਤੁਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਿੱਟ ਦਾ ਸਹਿਯੋਗ ਦਿਓ ਅਤੇ ਆਪਣਾ ਜਿਹੜਾ ਧਰਨਾ ਤੋਂ ਚੁੱਕੋ। ਤੁਸੀਂ ਇਸ ਚੀਜ਼ ਨੂੰ ਸਾਨੂੰ ਸਮਾਂ ਦਿਓ, ਸਾਨੂੰ ਅਸਿਸਟ ਕਰੋ ਸੋ ਦੈਟ ਅਸੀਂ ਇਸ ਕੇਸ ਦੇ ਵਿੱਚ ਸੱਚਾਈ ਬਾਹਰ ਕੱਢ ਕੇ ਲੋਕਾਂ ਦਾ ਵਿਸ਼ਵਾਸ ਬਣਾ ਸਕੀਏ। ਇਸ ਕੇਸ ਦੇ ਮਤਲਬ ਮੈਂ ਇੱਕ ਹੋਰ ਰਿਸਪੈਕਟ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਡਿਸਟ੍ਰਿਕਟ ਪੁਲਿਸ ਫਰੀਦਕੋਟ ਨੇ ਇੱਕ ਲੈਟਰ ਲਿਖ ਕੇ ਸੈਸ਼ਨ ਜੱਜ ਫਰੀਦਕੋਟ ਨੂੰ ਰਿਕੁਐਸਟ ਕੀਤੀ ਹੈ ਕਿ ਇਸ ਕੇਸ ਦੀ ਜੁਡੀਸ਼ੀਅਲ ਇਨਕੁਆਇਰੀ ਕੀਤੀ ਜਾਵੇ। ਤਾਂ ਸੈਸ਼ਨ ਜੱਜ ਸਾਹਿਬ ਨੇ CGM ਲੋਕਲ ਨੇ ਉਹਨਾਂ ਦੀ ਡਿਊਟੀ ਲਗਾ ਦਿੱਤੀ ਹੈ ਔਰ ਉਹਨਾਂ ਨੇ ਆਪਣੀ ਜੁਡੀਸ਼ੀਅਲ ਇਨਕੁਆਇਰੀ ਵੀ ਸਟਾਰਟ ਕਰ ਦਿੱਤੀ ਹੈ। ਸੋ ਪਲੀਜ਼ ਕਿਸੇ ਚੀਜ਼ 'ਤੇ ਪਰਦਾ ਨਾ ਪਾਉਣਾ ਚਾਹੁੰਦੀ, ਅਸੀਂ ਹਰ ਚੀਜ਼ ਜਿਹੜੀ ਹੈ ਜੁਡੀਸ਼ੀਅਲ ਇਨਕੁਆਇਰੀ ਵੀ ਕੰਪਲੀਟ ਹੋ ਜਾਏਗੀ, ਸਿੱਟ ਵੀ ਨਾਲ ਪੈਰਲਰ ਆਪਣਾ ਇਨਵੈਸਟੀਗੇਸ਼ਨ ਦੇਖ ਰਹੀ ਹੈ। ਥੈਂਕ ਯੂ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼।